ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਸੈਂਡਵਿਚ ਬਣਾਵਾਂਗੇ ਜੀ ਉਹਦੇ ਲਈ ਆਪਾਂ ਇਹ ਲੈ ਲਏ ਬ੍ਰੈਡ ਪੀਸ ਲੈ ਲਏ ਆ ਤੇ ਇਹ ਆਪਾਂ ਇੱਕ ਪਿਆਜ਼ ਕੱਟ ਲਿਆ ਟਮਾਟਰ ਕੱਟ ਲਿਆ ਇਸ ਤਰ੍ਹਾਂ ਸਲਾਦ ਦੀ ਤਰ੍ਹਾਂ ਦੇਸੀ ਘਿਓ ਲੈ ਲਿਆ ਆਪਾਂ ਮੱਖਣੀ ਵੀ ਲੈ ਸਕਦੇ ਹਾਂ ਘਰ ਦੀ ਤੇ ਹਾਂਜੀ ਆਪਾਂ ਆਲੂ ਵੀ ਵਾਲ ਕੇ ਰੱਖ ਲਿਆ ਤੇ ਆਪਾਂ ਰਸੋਈ ਦੇ ਵਿੱਚ ਤੜਕਾ ਲਾ ਕੇ ਲਿਆਉਣੇ ਆ ਪਿਆਜ਼ ਵੀ ਕੱਟ ਕੇ ਰੱਖੇ ਹੋਏ ਆ ਚਲੋ ਜੀ ਆਪਾਂ ਇੱਕ ਫਰਾਈ ਪੈਨ ਧਰ ਲਿਆ ਤੇ ਇਹਦੇ ਵਿੱਚ ਪਾਵਾਂਗੇ ਪੱਕੇ ਹੋਊ ਦੋ ਚਮਚੇ ਤਿੰਨ ਚਮਚੇ ਆਪਾਂ ਘਿਓ ਦੇ ਪਾ ਲਾਂਗੇ ਤੇ ਇੱਕ ਚਮਚਾ ਆਪਾਂ ਜੀਰੇ ਦਾ ਪਾ ਦਾਂਗੇ ਜੀਰਾ ਭੁੱਜ ਗਿਆ ਤੇ ਹੁਣ ਆਪਾਂ ਬਰੀਕ ਕੱਟ ਕੇ ਨਾ ਪਿਆਜ਼ ਰੱਖਿਆ ਇਹ ਭੁੰਨਾਂਗੇ ਬਾਕੀ ਪਿਆਜ਼ ਭੁੰਨ ਲੈਂਦੇ ਆਪਾਂ ਇਹਦੇ ਵਿੱਚ ਬਰੀਕ ਟਮਾਟਰ ਵੀ ਪਾ ਸਕਦੇ ਹਾਂ ਹਰੀ ਮਿਰਚ ਵੀ ਪਾ ਸਕਦੇ ਹਾਂ ਇੱਧਰ ਆਪਾਂ ਆਲੂ ਉਬਾਲ ਕੇ ਰੱਖ ਲਏ ਆ ਤੇ ਆਲੂਆਂ ਨੂੰ ਆਪਾਂ ਠੰਡੇ ਕਰਕੇ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਂਦੇ ਹਾਂ ਲਓ ਜੀ ਆਪਾਂ ਆਲੂ ਚੰਗੀ ਤਰ੍ਹਾਂ ਭੁੰਨ ਲਏ ਆ ਇੱਧਰ ਆਪਣੇ ਪਿਆਜ਼ ਵੀ ਭੁੱਜੀ ਜਾਂਦੇ ਆ ਲਓ ਜੀ ਪਿਆਜ਼ ਜਿਹੜੇ ਆਪਣੇ ਗੁਲਾਬੀ ਜਿਹੇ ਹੋ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਸਵਾਦ ਅਨੁਸਾਰ ਥੋੜ੍ਹੀ ਜਿਹੀ ਵਿੱਚ ਹਲਦੀ ਪਾਤੀ ਅਤੇ ਲਾਲ ਮਿਰਚ ਪਾਊਡਰ ਆਪਾਂ ਹਰੀ ਮਿਰਚ ਨਹੀਂ ਪਾਈ ਲਾਲ ਮਿਰਚ ਪਾ ਲਈ ਆ ਅਤੇ ਬੱਚਿਆਂ ਨੇ ਵੀ ਬਣਾਉਣੇ ਆ ਸੈਂਡਵਿਚ ਆਪਾਂ ਬਹੁਤ ਹੀ ਵਧੀਆ ਬਣਦੇ ਆ ਤਵੇ ਦੇ ਉੱਪਰ ਚਲੋ ਜੀ ਆਪਾਂ ਨਮਕ ਮਿਰਚ ਰਲਾ ਕੇ ਚੰਗੀ ਤਰ੍ਹਾਂ ਅਤੇ ਗੈਸ ਬੰਦ ਕਰਤਾ ਅਤੇ ਹੁਣ ਜਿਹੜੇ ਆਪਾਂ ਆਲੂ ਰੱਖੇ ਸੀਗੇ ਮੈਸ਼ ਕਰਕੇ ਉਹ ਪਾ ਦਾਂਗੇ ਅਤੇ ਇਹਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਮਿਕਸ ਕਰ ਲਾਂਗੇ ਗੈਸ ਆਪਾਂ ਬੰਦ ਕਰ ਲਾਂਗੇ ਚੰਗੀ ਤਰ੍ਹਾਂ ਲੂਣ ਮਿਰਚ ਜਿਹੜਾ ਆਪਣਾ ਰਲ ਜੂਗਾ ਲਓ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਨਾ ਇਹਦੇ ਵਿੱਚ ਥੋੜ੍ਹਾ ਜਿਹਾ ਆਮਚੂਰ ਪਾਊਡਰ ਅਤੇ ਥੋੜ੍ਹਾ ਜਿਹਾ ਪਾਵਾਂਗੇ ਚਾਟ ਮਸਾਲਾ ਮਿਕਸ ਕਰਕੇ ਰੱਖ ਲਿਆ ਸੀਗਾ ਚਾਟ ਮਸਾਲਾ ਅਤੇ ਆਮਚੂਰ ਪਾਊਡਰ ਅੱਧਾ ਕੁ ਚਮਚਾ ਪੈਦਾ ਪਾਤਾ ਆਲੂ ਮਸਾਲਾ ਸਾਰਾ ਤਿਆਰ ਕਰ ਲਿਆ ਅਤੇ ਇਹਨੂੰ ਠੰਡਾ ਵੀ ਕਰ ਲਿਆ ਥੋੜ੍ਹਾ ਜਿਹਾ ਅਤੇ ਹੁਣ ਆਪਾਂ ਬ੍ਰੈਡ ਭਰਦੇ ਹਾਂ ਅਤੇ ਸੈਂਡਵਿਚ ਬਣਾ ਕੇ ਤਿਆਰ ਕਰਦੇ ਹਾਂ ਲਓ ਜੀ ਆਪਾਂ ਮਸਾਲੇ ਨਾਲ ਚੰਗੀ ਤਰ੍ਹਾਂ ਭਰ ਲਾਂਗੇ ਇਹਨੂੰ ਵੈਸੇ ਸਾਰੇ ਹੀ ਜਾਣਦੇ ਆ ਜੀ ਘਰ ਵਿੱਚ ਬਣਾਉਣ 'ਤੇ ਬੱਚਿਆਂ ਲਈ ਬਹੁਤ ਹੀ ਵਧੀਆ ਬਣਦੇ ਆ ਇਹ ਕੋਈ ਵੀ ਖਾਵੇ ਇਹਨੂੰ ਵੱਡਾ ਛੋਟਾ ਬੱਚਾ ਅਤੇ ਸਵਾਦ ਲੱਗਦੇ ਖਾਣ ਦੇ ਵਿੱਚ ਬਹੁਤ ਟੇਸਟੀ ਬਣਦੇ ਆ ਇਹਨੂੰ ਚੰਗੀ ਤਰ੍ਹਾਂ ਭਰ ਲੂੰਗੀ ਮੈਂ ਅਤੇ ਆਪਾਂ ਇੱਕ ਟਮਾਟਰ ਪੀਸ ਜਿਹੜਾ ਇਹ ਰੱਖ ਦਾਂਗੇ ਜੀ ਅਤੇ ਇੱਕ ਪਿਆਜ਼ ਦਾ ਪੀਸ ਰੱਖ ਲਾਂਗੇ ਅਤੇ ਇਸ ਦੇ ਉੱਪਰ ਫਿਰ ਆਪਾਂ ਇੱਕ ਬ੍ਰੈਡ ਪੀਸ ਰੱਖ ਲਾਂਗੇ ਇਸ ਤਰ੍ਹਾਂ ਆਪਾਂ ਸਾਰੇ ਭਰ ਲੈਂਦੇ ਹਾਂ ਅਤੇ ਆਪਾਂ ਮਰਜ਼ੀ ਮੁਤਾਬਕ ਇਹਦੇ ਵਿੱਚ ਧਨੀਆ ਹਰੀ ਮਿਰਚ ਸਾਰਾ ਕੁਛ ਪਾ ਸਕਦੇ ਹਾਂ ਜੀ ਅਤੇ ਇਹਨੂੰ ਗਰਮ ਮਸਾਲਾ ਵੀ ਪਾ ਸਕਦੇ ਹਾਂ ਤਵੇ ਦੇ ਉੱਪਰ ਆਪਾਂ ਦੇਸੀ ਘਿਓ ਲਾਵਾਂਗੇ ਇਸ ਤਰ੍ਹਾਂ ਚੋਪੜ ਲਾਂਗੇ ਤਵੇ ਨੂੰ ਲਓ ਜੀ ਆਪਾਂ ਇਸ ਤਰ੍ਹਾਂ ਤਵਾ ਸੈਂਡਵਿਚ ਬਣਾਵਾਂਗੇ ਤਵੇ ਦੇ ਉੱਪਰ ਰੱਖ ਰੱਖ ਕੇ ਦੋ ਜਿਹੜੇ ਆਪਾਂ ਪੀਸ ਰੱਖਦੇ ਉੱਪਰ ਇਹਦੇ ਤਵੇ ਦੇ ਉੱਪਰ ਅਤੇ ਨਾਲ ਦੀ ਨਾਲ ਆਪਾਂ ਬਾਕੀ ਦੇ ਭਰ ਕੇ ਰੱਖ ਲੈਂਦੇ ਹਾਂ ਹਾਂਜੀ ਆਪਾਂ ਥੋੜ੍ਹਾ ਥੋੜ੍ਹਾ ਘਿਓ ਲਾ ਦਿੰਦੇ ਹਾਂ
तो जी आप इस तरह दोनों साइडा तो सेक लेंगे। लो जी अपने सैंडविच बन गए, तो इन्हों तवे उपरों चक दें, आप दोबारे थोड़ा जहा घ्यो ला के ना तवे उपर दोबारा फिर इस तरह बना लें। लो जी आप सैंडविच बना लिया, तो कुछ रह गई है बाकी आप सारी बना लें। तो वीडियो वधिया लगी, वीडियो में लाइक कमेंट जरूर कर दिया करो, तो तुसी भी घर जरूर बना के खाओ, बहुत वधिया बनते जी घर सैंडविच बच्चों लई स्पैशल। वीडियो देखने लई तुहाडा सारिआं दा बहुत बहुत